ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਆਰਜੇ ਰਾਜਵੀਰ ਕਾਲੇਕੇ। ਇੱਕ ਵਾਇਰਲ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਇੱਕ ਵਾਰ ਇੱਕ ਆਦਮੀ ਕਿਸੇ ਲਾਲੇ ਦੀ ਦੁਕਾਨ ਤੇ ਜਾ ਕੇ ਖਲ ਵਾਲੀ ਬੋਰੀ ਤੇ ਬੈਠ ਗਿਆ ਤੇ ਲਾਗੇ ਪਏ ਸ਼ਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਦੇ ਨਾਲ ਲਾ ਕੇ ਕਹਿੰਦਾ, ਲਾਲਾ ਆ ਕੀ ਰੱਖਿਆ ਏ? ਥੋੜੀ ਦੇਰ ਨੂੰ ਸ਼ਹਿਦ ਤੇ ਮੱਖੀਆਂ ਬੈਠਣ ਲੱਗ ਪਈਆਂ। ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ ਤੇ ਕਿਰਲੀ ਨੂੰ ਵੇਖ ਕੇ ਇੱਕ ਚੂਹਾ ਚਪਟ ਪਿਆ। ਲਾਲੇ ਨੇ ਇੱਕ ਬਿੱਲੀ ਰੱਖੀ ਸੀ, ਉਹ ਬਿੱਲੀ ਚੂਹੇ ਨੂੰ ਫੜਨ ਲਈ ਚਪਟ ਪਈ। ਇੰਨੇ ਨੂੰ ਇੱਕ ਗਾਹਕ ਹੋਰ ਕੋਈ ਸੌਦਾ ਲੈਣ ਆ ਗਿਆ। ਉਸ ਗਾਹਕ ਦੇ ਕੋਲ ਇੱਕ ਕੁੱਤਾ ਸੀ, ਉਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਦੇ ਅੰਦਰ ਚਪਟ ਪਿਆ। ਲਾਲੇ ਕੋਲ ਡਾਂਗ ਪਈ ਸੀ, ਲਾਲੇ ਨੇ ਕੁੱਤੇ ਦੇ ਸਿਰ ਚ ਮਾਰਤੀ ਤੇ ਕੁੱਤਾ ਮਰ ਗਿਆ। ਕੁੱਤੇ ਦੇ ਮਾਲਕ ਨੇ ਲਾਗੇ ਪਈ ਇੱਟ ਚੁੱਕੀ ਤੇ ਲਾਲੇ ਦੇ ਸਿਰ ਚ ਮਾਰ ਦਿੱਤੀ। ਦੇਖਦੇ ਹੀ ਦੇਖਦੇ ਰੌਲਾ ਪੈ ਗਿਆ ਤੇ ਉਂਗਲ ਲਾਉਣ ਵਾਲਾ ਹੱਥ ਜੋੜ ਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ ਚੰਗਾ ਲਾਲਾ ਜੀ, ਤੁਹਾਡਾ ਤਾਂ ਕੰਮ ਵਾਹਵਾ ਹੀ ਵਿਗੜ ਗਿਆ ਏ, ਮੈਂ ਚੱਲਦਾ ਕਿਤੇ ਫੇਰ ਆਉਂ। ਸੋ ਦੋਸਤੋ, ਉਂਗਲ ਲਾਉਣ ਵਾਲਿਆਂ ਤੋਂ ਬਚ ਕੇ ਰਿਹਾ ਕਰੋ।